ਪੰਜਾਬ ਦਾ ਖੇਤੀ ਦਾ ਸੰਕਟ ਜਿਹੜਾ ਸਭਿਅਤਾ ਦਾ ਪੰਜਾਬੀ ਸਭਿਅਤਾ ਦਾ ਸੰਕਟ ਜਿਹੜਾ ਬਣ ਚੁੱਕਾ। ਫਾਜ਼ਿਲਕਾ, ਮੁਕਤਸਰ ਤੇ ਮਾਲਵੇ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਪੀਣ ਵਾਲਾ ਪਾਣੀ ਜਿਹੜਾ ਮੁੱਲ ਵਿਕਦਾ, ਜੇ ਕਿਸੇ ਨੇ ਆਰ ਓ ਲਵਾਇਆ ਉਹ ਵੀ ਪਾਣੀ ਮੁੱਲ ਹੀ ਪੀ ਰਿਹਾ ਹੈ, ਕਿਉਂਕਿ ਆਰ ਓ 'ਤੇ ਖਰਚਾ ਆ ਰਿਹਾ, ਬਿਜਲੀ ਖਪਤ ਹੋ ਰਹੀ। ਜਿੰਨਾ ਬਾਰਿਸ਼ ਦਾ ਪਾਣੀ ਆ, ਸਾਡੇ ਮੁਲਕ ਦੇ ਵਿੱਚ ਸਿਰਫ 8% ਬਾਰਿਸ਼ ਦਾ ਪਾਣੀ ਜਿਹੜਾ ਵਰਤਿਆ ਜਾਂਦਾ ਹੈ। ਔਰ ਕਈ ਵਾਰ ਮੰਨਦੇ ਕਿ ਜੇ 40% ਤੱਕ ਇਹਨੂੰ ਵਰਤੋਂ 'ਚ ਲਿਆਂਦਾ ਜਾ ਸਕੇ ਤਾਂ ਪਾਣੀ ਦਾ ਸੰਕਟ ਬਹੁਤ ਵੱਡੇ ਪੱਧਰ 'ਤੇ ਜਿਹੜਾ ਹੈਗਾ ਉਹ ਖਤਮ ਕੀਤਾ ਜਾ ਸਕੇ। ਪੰਜਾਬ ਸਰਕਾਰ ਨੇ ਇੱਕ ਬਾਹਰ ਦੀ ਕੰਪਨੀ ਨੂੰ ਜਿਹੜਾ ਸੀਗਾ ਉਹ ਖੇਤੀ ਨੀਤੀ ਦਾ ਠੇਕਾ ਦੇ ਦਿੱਤਾ। ਪੰਜਾਬ ਦੀਆਂ ਸਮੱਸਿਆਵਾਂ ਦੇ ਹੱਲ ਕਰਨ ਵਾਸਤੇ ਨੀਤੀ ਪੰਜਾਬ ਦੇ ਲੋਕ ਬਣਾਉਣ ਦੇ ਸਮਰੱਥ ਨਹੀਂ। ਪੰਜਾਬ ਦੇ ਪਾਣੀਆਂ ਦਾ ਮਸਲਾ ਰਿਪੇਰੀਅਲ ਪ੍ਰਿੰਸੀਪਲ ਦੇ ਮੁਤਾਬਕ ਜਿਹੜਾ ਹੱਲ ਆ ਉਹ ਹੋਣਾ ਚਾਹੀਦਾ। ਹਰ ਘਰ ਨੂੰ ਭਾਖੜਾ ਦਾ ਨੀਲੀ ਭਾਅ ਮਾਰਦਾ ਪੀਣ ਵਾਲਾ ਪਾਣੀ ਜਿਹੜਾ ਮਿਲਣਾ ਚਾਹੀਦਾ। ਕਿਰਤੀ ਕਿਸਾਨ ਯੂਨੀਅਨ ਵੱਲੋਂ ਆਪਾਂ ਜਿੱਥੇ ਪਾਣੀ ਦੇ ਮਸਲੇ 'ਤੇ ਜੱਦੋਜਹਿਦ ਕਰ ਰਹੇ ਹਾਂ, ਗਰਾਊਂਡ ਲੈਵਲ 'ਤੇ ਆਪਾਂ ਬਹੁਤ ਸਾਰੇ ਇਲਾਕਿਆਂ ਦੇ ਵਿੱਚ, ਜ਼ਿਲ੍ਹਿਆਂ ਦੇ ਵਿੱਚ ਵੀ ਮੂਵਮੈਂਟ ਖੜ੍ਹੀ ਕਰਨ ਦੀ ਕੋਸ਼ਿਸ਼ ਕੀਤੀ। ਪੰਜਾਬ ਦੇ ਜਿਹੜਾ ਪਾਣੀ ਦਾ ਮਸਲਾ ਉਹਦਾ ਜਿਹੜੇ ਅਲੱਗ ਅਲੱਗ ਪਹਿਲੂ ਨੇ, ਸਭ ਤੋਂ ਪਹਿਲਾਂ ਕਿ ਜਿਹੜਾ ਪੰਜਾਬ ਦੇ ਦਰਿਆਈ ਪਾਣੀਆਂ ਦਾ ਮਸਲਾ, ਪਾਣੀ ਦੇ ਡੈਮ ਜਿਹੜੇ ਕਿ ਸੂਬਿਆਂ ਦਾ ਅਧਿਕਾਰ ਖੇਤਰ ਆ, ਕੇਂਦਰ ਸਰਕਾਰ ਨੇ ਪੰਜਾਬ ਦੇ ਇਸ ਹੱਕ 'ਤੇ ਡਾਕਾ ਮਾਰਿਆ। ਇਹ ਕਹਾਣੀ ਲੰਮੀ ਆ, ਪਰ ਇਹਦੇ ਸਿਰਫ ਇੰਨਾ ਕਿ ਕਿਰਤੀ ਕਿਸਾਨ ਯੂਨੀਅਨ ਇਹ ਮੰਗ ਕਰਦੀ ਆ ਔਰ ਇਹ 'ਤੇ ਜੱਦੋਜਹਿਦ ਵੀ ਕਰਦੀ ਹੈ ਕਿ ਪੰਜਾਬ ਦੇ ਪਾਣੀਆਂ ਦਾ ਮਸਲਾ ਰਿਪੇਰੀਅਲ ਪ੍ਰਿੰਸੀਪਲ ਦੇ ਮੁਤਾਬਕ ਜਿਹੜਾ ਹੱਲ ਆ ਉਹ ਹੋਣਾ ਚਾਹੀਦਾ। ਜਿਹੜਾ ਪੰਜਾਬ ਦਾ ਪਾਣੀ ਲੁੱਟਿਆ ਜਾ ਰਿਹਾ ਉਹਦੇ ਕਰਕੇ ਵੀ ਪਾਣੀ ਦਾ ਸੰਕਟ ਆ। ਦੂਸਰਾ, ਜਿਹੜਾ ਹਰੇ ਇਨਕਲਾਬ ਦਾ ਖੇਤੀ ਮਾਡਲ ਆ, ਜਿਹਨੂੰ ਅਸੀਂ ਮੰਨਦੇ ਹਾਂ ਕਿ ਹਰਾ ਘੱਲੂਘਾਰਾ ਸਾਬਤ ਹੋਇਆ, ਜਿਹਨੇ ਪੰਜਾਬ ਦਾ ਹਵਾ, ਪਾਣੀ, ਮਿੱਟੀ ਸਭ ਕੁਛ ਪਲੀਤ ਕੀਤਾ, ਪੰਜਾਬ ਦੇ ਵਿੱਚ ਗੰਭੀਰ ਜਿਹੜਾ ਖੇਤੀ ਦਾ ਸੰਕਟ, ਜਿਹੜਾ ਸਿਹਤ ਦਾ ਸੰਕਟ ਆ, ਜੇ ਕਹਿਣਾ ਹੋਵੇ ਕਿ ਪੰਜਾਬ ਦਾ ਖੇਤੀ ਦਾ ਸੰਕਟ ਜਿਹੜਾ ਸਭਿਅਤਾ ਦਾ, ਪੰਜਾਬੀ ਸਭਿਅਤਾ ਦਾ ਸੰਕਟ ਜਿਹੜਾ ਬਣ ਚੁੱਕਾ। ਤੋ ਜਿਹੜਾ ਕਿ ਘੱਟ ਪਾਣੀ ਵਾਲੀਆਂ ਫਸਲਾਂ ਪੰਜਾਬ ਦੇ ਵਿੱਚ ਬਿਜਵਾਈਆਂ ਜਾਣ, ਉਹਨਾਂ ਦੀ ਖਰੀਦ ਦੀ ਗਰੰਟੀ ਹੋਵੇ ਔਰ ਉਹਦੀ ਪ੍ਰੋਡਕਸ਼ਨ ਓਨੀ ਹੋਵੇ ਜਿੰਨੀ ਇਸ ਕਣਕ ਝੋਨੇ ਦੇ ਫਸਲੀ ਚੱਕਰ ਦੇ ਵਿੱਚ ਉਹ ਕਿਸਾਨ ਨੂੰ ਜਿਹੜੀ ਮਿਲ ਰਹੀ ਹੈ। ਤੋ ਕਿਰਤੀ ਕਿਸਾਨ ਯੂਨੀਅਨ ਨੇ ਇਹ ਸਮਝਦੀ ਕਿ ਦੂਸਰਾ ਜਿਹੜਾ ਪਾਣੀ ਦਾ ਸੰਕਟ ਦਾ ਕਾਰਨ ਆ ਉਹ ਹਰੇ ਇਨਕਲਾਬ ਦਾ ਖੇਤੀ ਮਾਡਲ ਆ, ਜਿਹੜਾ ਕਿ ਬਹੁਤ ਜ਼ਿਆਦਾ ਪਾਣੀ ਵਾਲੀਆਂ ਫਸਲਾਂ 'ਤੇ ਆਧਾਰਿਤ ਆ। ਤੀਸਰਾ, ਜਿਹੜਾ ਬਾਰਿਸ਼ ਦਾ ਪਾਣੀ ਆ, ਜਿੰਨੀ ਬਾਰਿਸ਼ ਹੁੰਦੀ ਆ, ਇਹਨਾਂ ਤੋਂ ਬਾਅਦ ਵਿਜੇ ਬੰਬੇਲੀ ਜੀ ਹੋਰਾਂ ਨੇ ਵੀ ਬੋਲਣਾ, ਉਹਨਾਂ ਦੀ ਵੀ ਇਸ ਵਿਸ਼ੇ 'ਤੇ ਕਾਫੀ ਉਹ ਲਿਖਦੇ ਬੋਲਦੇ ਰਹਿੰਦੇ ਆ ਕਿ ਜਿੰਨਾ ਬਾਰਿਸ਼ ਦਾ ਪਾਣੀ ਆ, ਸਾਡੇ ਮੁਲਕ ਦੇ ਵਿੱਚ ਸਿਰਫ 8% ਬਾਰਿਸ਼ ਦਾ ਪਾਣੀ ਜਿਹੜਾ ਵਰਤਿਆ ਜਾਂਦਾ ਹੈ।
ਔਰ ਕਈ ਵਾਰ ਮੰਨਦੇ ਕਿ ਜੇ 40% ਤੱਕ ਇਹਨੂੰ ਵਰਤੋਂ 'ਚ ਲਿਆਂਦਾ ਜਾ ਸਕੇ ਤਾਂ ਪਾਣੀ ਦਾ ਸੰਕਟ ਬਹੁਤ ਵੱਡੇ ਪੱਧਰ 'ਤੇ ਜਿਹੜਾ ਹੈਗਾ ਉਹ ਖਤਮ ਕੀਤਾ ਜਾ ਸਕਦਾ। ਤੋ ਜਿਹੜਾ ਬਾਰਿਸ਼ ਦਾ ਪਾਣੀ ਹੈਗਾ ਉਹਦੀ ਸਾਂਭ ਸੰਭਾਲ ਨਾ ਹੋਣਾ ਇਹ ਵੀ ਇੱਕ ਸੰਕਟ ਦਾ ਅਹਿਮ ਪਹਿਲੂ ਆ। ਚੌਥਾ ਕਿ ਜਿਹੜਾ ਪੰਜਾਬ ਦੇ ਵਿੱਚ ਪਾਣੀ ਆ ਉਹ ਗੁਣਵੱਤਾ ਪੱਖੋਂ ਬਹੁਤ ਮਾੜਾ ਹੋ ਚੁੱਕਿਆ ਕਿਉਂਕਿ ਪਾਣੀ ਪ੍ਰਦੂਸ਼ਿਤ ਬਹੁਤ ਵੱਡੀ ਪੱਧਰ 'ਤੇ ਹੋਇਆ। ਉਹਦੇ ਵਾਸਤੇ ਖੇਤੀ ਮਾਡਲ ਔਰ ਜਿਹੜਾ ਸਾਰਾ ਇਹ ਡਿਵੈਲਪਮੈਂਟ ਦਾ ਮਾਡਲ ਆ ਉਹ ਜ਼ਿੰਮੇਵਾਰ ਹੈ ਕਿਉਂਕਿ ਜਿਸ ਤਰ੍ਹਾਂ ਦੀ ਇੰਡਸਟਰੀ ਇੱਥੇ ਪੰਜਾਬ 'ਚ ਲੱਗੀ ਔਰ ਜਿਸ ਤਰ੍ਹਾਂ ਇੰਡਸਟਰੀ ਨੇ ਪੰਜਾਬ ਦੇ ਵਿੱਚ ਬੋਰ ਕਰ ਕਰਕੇ ਜ਼ਹਿਰੀਲਾ ਪਾਣੀ ਸਿੱਟਿਆ, ਲੁਧਿਆਣੇ ਦੀ ਇੰਡਸਟਰੀ ਜੋ ਕਰ ਰਹੀ ਉਹ ਸਭ ਦੇਖ ਰਹੇ ਆ। ਜੀਰੇ ਆਪਾਂ ਐਡੀ ਵੱਡੀ ਲੜਾਈ ਲੜੀ ਉਹ ਸ਼ਰਾਬ ਫੈਕਟਰੀ ਨੂੰ ਬੰਦ ਕਰਾਉਣ ਦੇ ਲਈ, ਉਹ ਵੀ ਸਭ ਨੇ ਤੁਸੀਂ ਦੇਖਿਆ। ਤੋ ਇਹ ਜਿਹੜਾ ਪੰਜਾਬ ਦੇ ਪਾਣੀ ਦਾ ਸੰਕਟ ਹੈ ਇਹਦੇ ਜਿਹੜੇ ਸਾਰੇ ਪਹਿਲੂ ਹੈਗੇ ਆ। ਇਸ ਤੋਂ ਇਲਾਵਾ ਪੰਜਾਬ ਦੇ ਵਿੱਚ ਜਿਵੇਂ ਪੀਣ ਵਾਲਾ ਪਾਣੀ ਪ੍ਰਦੂਸ਼ਿਤ ਹੋਣ ਕਰਕੇ, ਪਾਣੀ ਪ੍ਰਦੂਸ਼ਿਤ ਹੋਣ ਕਰਕੇ ਪੀਣ ਵਾਲੇ ਪਾਣੀ ਦਾ ਸੰਕਟ ਬਹੁਤ ਵੱਡੀ ਪੱਧਰ 'ਤੇ ਆ। ਜੇ ਸੂਬੇ ਦਾ ਨਾਮ ਪਾਣੀਆਂ 'ਤੇ ਪਿਆ, ਫਾਜ਼ਿਲਕਾ, ਮੁਕਤਸਰ ਅਤੇ ਮਾਲਵੇ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਪੀਣ ਵਾਲਾ ਪਾਣੀ ਜਿਹੜਾ ਮੁੱਲ ਵਿਕਦਾ। ਜਿਵੇਂ ਪਿੰਡਾਂ ਦੇ ਵਿੱਚ ਕੋਈ ਸਬਜ਼ੀ ਵੇਚਣ ਆਉਂਦੇ ਆ, ਇਸ ਤਰ੍ਹਾਂ ਪਾਣੀ ਦੇ ਟੈਂਕਰ ਜਿਹੜੇ ਆ ਪਿੰਡਾਂ ਦੇ ਵਿੱਚ ਉਹ ਵਿਕਣ ਆਉਂਦੇ ਆ। ਉਹ ਪਾਣੀ ਵੀ ਜਿਹੜਾ ਨਹਿਰਾਂ ਦੇ ਕੰਢੇ ਮਤਲਬ ਕੁਛ ਨਲਕੇ ਲੱਗੇ ਆ ਉੱਥੋਂ ਭਰ ਕੇ ਜਿਹੜਾ ਉਹ ਵੇਚਿਆ ਜਾਂਦਾ ਹੈਗਾ। ਮੇਰੇ ਆਪਣੇ ਪਿੰਡ ਦੇ ਵਿੱਚ ਵੀ ਪਾਣੀ ਜਿਹੜਾ ਹੈਗਾ ਉਹ ਪਿਛਲੇ 1 ਸਾਲ ਤੋਂ ਜਿਹੜਾ ਵਿਕਣਾ ਉਹ ਸ਼ੁਰੂ ਹੋਇਆ ਕਿਉਂਕਿ ਧਰਤੀ ਹੇਠਲਾ ਪਾਣੀ ਨਲਕਾ ਗਿੜ ਕੇ ਅੱਜ ਕੋਈ ਪਾਣੀ ਪੀ ਨਹੀਂ ਸਕਦਾ ਗਾ। ਇਸ ਪੱਧਰ ਤੱਕ ਪਾਣੀ ਜਿਹੜੇ ਪ੍ਰਦੂਸ਼ਿਤ ਹੋ ਚੁੱਕੇ ਆ। ਜੇ ਕਹਿਣਾ ਹੋਵੇ ਪੰਜਾਬ ਦਾ ਅਜਿਹਾ ਕੋਈ ਪਰਿਵਾਰ ਨਹੀਂ ਹੋਣਾ ਗਾ, ਕੋਈ ਹੋ ਸਕਦਾ ਕੋਈ ਛੋਟਾ ਮੋਟਾ ਇਲਾਕਾ ਇੱਧਰ ਭਾਵੇਂ ਹੋਵੇ, ਪਰ ਲਗਭਗ ਪੰਜਾਬ ਪਾਣੀ ਮੁੱਲ ਪੀ ਰਿਹਾ। ਜੇ ਕਿਸੇ ਨੇ ਆਰ ਓ ਲਵਾਇਆ ਉਹ ਵੀ ਪਾਣੀ ਮੁੱਲ ਹੀ ਪੀ ਰਿਹਾ ਹੈਗਾ ਕਿਉਂਕਿ ਆਰ ਓ 'ਤੇ ਖਰਚ ਆ ਰਿਹਾ, ਬਿਜਲੀ ਖਪਤ ਹੋ ਰਹੀ ਆ। ਤੋ ਇਹ ਨਹੀਂ ਗਾ ਕਿ ਪੰਜਾਬ ਦੇ ਵਿੱਚ ਕਿਸੇ ਪਾਸੇ ਜਿਹੜੇ ਸੂਬੇ ਦੇ ਨਾਲ ਪਾਣੀਆਂ 'ਤੇ ਪਿਆ ਕੇ ਮੁਫ਼ਤ ਪਾਣੀ ਜਿਹੜਾ ਮਿਲ ਰਿਹਾ ਹੈਗਾ। ਇਹ ਤਾਂ ਇਹ ਸਾਰੀ ਸਥਿਤੀ ਆ, ਪਰ ਕਿਰਤੀ ਕਿਸਾਨ ਯੂਨੀਅਨ ਨੇ ਇਹਦੇ 'ਤੇ ਜਿਹੜਾ ਸੰਘਰਸ਼ ਵੀ ਵਿੱਢਿਆ ਹੋਇਆ ਕਿ ਪੰਜਾਬ ਦੇ ਵਿੱਚ ਹਰ ਘਰ ਨੂੰ ਭਾਖੜਾ ਦਾ ਨੀਲੀ ਭਾਅ ਮਾਰਦਾ ਪੀਣ ਵਾਲਾ ਪਾਣੀ ਜਿਹੜਾ ਮਿਲਣਾ ਚਾਹੀਦਾ। ਪੰਜਾਬ ਦੇ ਪਾਣੀਆਂ ਦਾ ਮਸਲਾ ਰਿਪੇਰੀਅਨ ਪ੍ਰਿੰਸੀਪਲ ਮੁਤਾਬਕ ਹੱਲ ਹੋਵੇ, ਪੰਜਾਬ ਦੇ ਹਰ ਖੇਤ ਤੱਕ ਨਹਿਰੀ ਪਾਣੀ ਪਹੁੰਚੇ, ਇਹਦੇ ਵਾਸਤੇ ਅਸੀਂ ਕੁਝ ਜ਼ਿਲ੍ਹਿਆਂ ਦੇ ਵਿੱਚ ਸੰਘਰਸ਼ ਵੀ ਲਾਮਬੰਦ ਕੀਤੇ, ਜਿਹਦੇ 'ਚੋਂ ਅਹਿਮ ਸੰਗਰੂਰ ਜ਼ਿਲ੍ਹੇ ਦਾ ਸੰਘਰਸ਼ ਆ ਕਿ ਸੰਗਰੂਰ ਲੋਕ ਸਭਾ ਹਲਕੇ ਦੇ ਜਿਹੜੇ ਜਿੱਥੋਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਪਹਿਲਾਂ MP ਰਹੇ ਆ ਅਤੇ ਜਿਸ ਵਿਧਾਨ ਸਭਾ ਹਲਕੇ ਤੋਂ ਹੁਣ ਉਹ MLA ਬਣ ਕੇ ਮੁੱਖ ਮੰਤਰੀ ਬਣੇ ਨੇ, ਧੂਰੀ ਹਲਕੇ ਦੇ ਪਿੰਡ ਮਲੇਰਕੋਟਲਾ 4 ਵਿਧਾਨ ਸਭਾ ਹਲਕਿਆਂ ਦੇ 70 ਪਿੰਡਾਂ 'ਚ ਕਦੇ ਵੀ ਨਹਿਰੀ ਪਾਣੀ ਨਹੀਂ ਮਿਲਿਆ ਸੀ। ਕਿਰਤੀ ਕਿਸਾਨ ਯੂਨੀਅਨ ਲਗਭਗ 2 ਸਾਲ ਲੰਮੀ ਲੜਾਈ ਲੜ ਕੇ ਉੱਥੇ ਜਿਹੜੇ 4 ਰਜ਼ਵਾਹੇ ਜਿਹੜੇ ਆ ਚਾਲੂ ਕਰਵਾਏ ਆ, ਕੁਛ ਚਾਲੂ ਹੋ ਗਏ, ਕੁਛ ਜਿਹੜਾ ਹੈਗਾ ਉੱਥੇ ਕੰਮ ਚੱਲ ਰਿਹਾ, ਔਰ ਪਹਿਲੀ ਵਾਰੀ ਆ ਕਿ 70 ਪਿੰਡਾਂ ਦੇ ਵਿੱਚ ਨਹਿਰੀ ਪਾਣੀ ਜਿਹੜਾ ਹੈਗਾ ਉਹ ਮਿਲੂਗਾ ਕਿ ਹਰ ਖੇਤ ਤੱਕ ਨਹਿਰੀ ਪਾਣੀ ਪਹੁੰਚੇ, ਇਹਦੇ ਵਾਸਤੇ ਅਸੀਂ ਗਰਾਊਂਡ 'ਤੇ ਜਿਹੜਾ ਸੰਘਰਸ਼ ਹੈਗਾ ਕਰ ਰਹੇ ਹੈਗੇ। ਇਸੇ ਤਰ੍ਹਾਂ ਪੰਜਾਬ ਦਾ ਜਿਹੜਾ ਖੇਤੀ ਮਾਡਲ ਆ, ਕਿਰਤੀ ਕਿਸਾਨ ਯੂਨੀਅਨ ਪੰਜਾਬ ਦੀ ਉਹ ਪਹਿਲੀ ਜਥੇਬੰਦੀ ਆ ਜਿਹੜੀ ਇਹ ਸਮਝਦੀ ਆ ਕਿ ਜਿਹੜਾ ਮਸਲਾ ਪਰਾਲੀ ਦਾ ਨਹੀਂ ਹੈ, ਮਸਲਾ ਤਾਂ ਇਸ ਖੇਤੀ ਮਾਡਲ ਦਾ ਹੈ। ਔਰ ਕਿਰਤੀ ਕਿਸਾਨ ਯੂਨੀਅਨ ਨੇ ਕਦੇ ਵੀ ਪਰਾਲੀ ਨੂੰ ਅੱਗ ਲਾਉਣ ਦੀ ਹਮਾਇਤ ਨਹੀਂ ਕੀਤੀ। ਇਸ ਮਾਮਲੇ 'ਤੇ ਕਿਰਤੀ ਕਿਸਾਨ ਯੂਨੀਅਨ ਨੇ ਕਾਫੀ ਸਾਲ ਪਹਿਲਾਂ ਇਹ ਫੈਸਲਾ ਕੀਤਾ ਸੂਬਾ ਕਮੇਟੀ ਨੇ
ਕਿ ਕਿਤੇ ਵੀ ਐਂ ਨਹੀਂ ਕੁਛ ਜਥੇਬੰਦੀਆਂ ਕਰਦੀਆਂ ਨੇ ਕਿ ਝੰਡੇ ਚੱਕਣੇ ਆ ਜਾ ਕੇ ਨਾੜ ਨੂੰ ਜਿਹੜੀ ਹੈਗੀ ਅੱਗ ਲਵਾਉਣੀ ਹੈ, ਕਿ ਵਾਤਾਵਰਨ ਕਿਸਾਨੀ ਦਾ ਵੀ ਓਡਾ ਹੀ ਮਸਲਾ ਹੈਗਾ। ਇਸ ਕਰਕੇ ਕਿਰਤੀ ਕਿਸਾਨ ਯੂਨੀਅਨ ਇਸ ਜਿਹੜਾ ਹਰੇ ਇਨਕਲਾਬ ਦਾ ਖੇਤੀ ਮਾਡਲ ਆ ਇਹਦਾ ਬਦਲ ਹੋਵੇ, ਔਰ ਇਹਦੇ 'ਤੇ ਅਸੀਂ ਪੰਜਾਬ ਦੇ 'ਚ ਕਾਨਫਰੰਸਾਂ ਜਥੇਬੰਦ ਕੀਤੀਆਂ ਅਤੇ ਸੰਗਰੂਰ ਸਾਡੀ ਕਾਨਫਰੰਸ ਡਾਕਟਰ ਸੁਖਪਾਲ ਸਿੰਘ ਮੁੱਖ ਵਕਤਾ ਵਜੋਂ ਸ਼ਾਮਿਲ ਹੋਏ, ਔਰ ਜਦੋਂ ਉਸ ਤੋਂ ਬਾਅਦ ਉਹ ਚੇਅਰਮੈਨ ਬਣੇ ਨੇ ਪੰਜਾਬ ਰਾਜ ਖੇਤੀ ਅਤੇ ਕਾਮੇ ਕਮਿਸ਼ਨ ਦੇ, ਅਤੇ ਉਹਨਾਂ ਨੇ ਸਾਨੂੰ ਬੁਲਾਇਆ ਵੀ ਕਿ ਖੇਤੀ ਮਾਡਲ ਬਦਲਣ ਬਾਰੇ ਤੁਹਾਡੇ ਕੀ ਸੁਝਾਅ ਨੇ। ਤਾਂ ਅਸੀਂ ਇੱਕ 19 ਪੇਜ ਦਾ ਲਿਖਤੀ ਦਸਤਾਵੇਜ਼ ਕਿ ਪੰਜਾਬ 'ਚ ਕਿਸ ਤਰ੍ਹਾਂ ਦੀ ਖੇਤੀ ਜਿਹੜੀ ਆ ਉਹ ਹੋਣੀ ਚਾਹੀਦੀ ਆ, ਉਹਦੇ 'ਚ ਵੀ ਖੇਤੀ ਅਧਾਰਤ ਸਨਅਤ ਵੀ ਕਿਸ ਤਰ੍ਹਾਂ ਦੀ ਜਿਹੜੀ ਹੈਗੀ ਆ ਹੋਣੀ ਚਾਹੀਦੀ ਆ, ਉਹ ਵੀ ਅਸੀਂ ਸਾਰੇ ਸੁਝਾਅ ਲਿਖਤੀ ਰੂਪ ਦੇ ਵਿੱਚ ਅਸੀਂ ਉਹਨਾਂ ਨੂੰ ਜਿਹੜਾ ਅਸੀਂ ਦੇ ਕੇ ਆਏ। ਪਰ ਉਹ ਜਿਸ ਕੰਪਨੀਆਂ ਦੇ ਮੁਨਾਫੇ ਲਈ ਹਰੇ ਇਨਕਲਾਬ ਦਾ ਖੇਤੀ ਮਾਡਲ ਆਇਆ, ਅਖੀਰ 'ਤੇ ਪੰਜਾਬ ਸਰਕਾਰ ਵੀ ਉਹਨਾਂ ਕੰਪਨੀਆਂ ਵਾਲੇ ਪਾਸੇ ਤੁਰ ਗਈ, ਅਤੇ ਉਹ ਜਿਹੜਾ ਖੇਤੀ ਮਾਡਲ ਪੰਜਾਬ 'ਚ ਖੇਤੀ ਨਵੀਂ ਖੇਤੀ ਨੀਤੀ ਲਿਆਉਣ ਦੀ ਗੱਲ ਸੀਗੀ, ਉਹ ਜਿਹੜੀ ਹੈਗੀ ਆ ਉਸੇ ਤਰ੍ਹਾਂ ਜਿਹਨੂੰ ਕਹਿੰਦੇ ਕਿ ਊਠ ਦਾ ਬੁੱਲ ਜਿਹੜੀ ਆ ਬਣੀ ਹੋਈ ਆ। ਅਤੇ ਉਹਦੇ 'ਚ ਤ੍ਰਾਸਦੀ ਇੱਕ ਇਹ ਵੀ ਆ ਕਿ ਪੰਜਾਬ ਦੀਆਂ ਜਿੰਨੀਆਂ ਵੀ ਸਾਡੇ ਖੇਤੀਬਾੜੀ ਦੇ ਮਾਹਰ ਨੇ, ਸਾਡੀਆਂ ਯੂਨੀਵਰਸਿਟੀਆਂ ਦੇ ਪ੍ਰੋਫੈਸਰ ਨੇ, ਸਾਡੇ ਕਿਸਾਨ ਆਗੂ ਨੇ, ਉਹ ਸਾਰਿਆਂ ਦੇ ਸੁਝਾਵਾਂ ਨੂੰ, ਸਾਰਿਆਂ ਦੀ ਰਾਇਆਂ ਨੂੰ, ਸਾਰਿਆਂ ਦੀ ਅਕਲ ਨੂੰ ਦਰਕਨਾਰ ਕਰਦੇ ਹੋਏ ਪੰਜਾਬ ਸਰਕਾਰ ਨੇ ਇੱਕ ਬਾਹਰ ਦੀ ਕੰਪਨੀ ਨੂੰ ਜਿਹੜਾ ਸੀਗਾ ਉਹ ਖੇਤੀ ਨੀਤੀ ਦਾ ਠੇਕਾ ਦਿੱਤਾ। ਪਰ ਪੰਜਾਬ ਦਾ ਜਿਹੜਾ ਬੌਧਿਕ ਤਬਕਾ ਹੈਗਾ, ਜਿਹੜਾ ਕਿ ਖੇਤੀ ਦੇ ਮਾਹਰ ਨੇ, ਵੱਡੇ ਵੱਡੇ ਅਰਥਸ਼ਾਸਤਰੀ ਆ, ਇੱਕ ਸਿੰਗਲ ਬੰਦੇ ਨੇ ਵੀ ਇਸ ਗੱਲ ਦਾ ਵਿਰੋਧ ਨਹੀਂ ਕੀਤਾ ਕਿ ਤੁਸੀਂ ਪੰਜਾਬ ਦੀ ਜਿਹੜੀ ਬੌਧਿਕ ਸਮਰੱਥਾ ਹੈਗੀ ਉਹਦੀ ਖਿੱਲੀ ਉਡਾ ਰਹੇ ਹੋ, ਕਿ ਪੰਜਾਬ ਦੀਆਂ ਸਮੱਸਿਆਵਾਂ ਦੇ ਹੱਲ ਕਰਨ ਵਾਸਤੇ ਨੀਤੀ ਪੰਜਾਬ ਦੇ ਲੋਕ ਬਣਾਉਣ ਦੇ ਸਮਰੱਥ ਨਹੀਂ, ਕਿ ਪੰਜਾਬ ਦੀ ਕਿਸਾਨ ਲੀਡਰਸ਼ਿਪ ਇਸ ਕਾਬਲ ਨਹੀਂ ਹੈ, ਕਿ ਪੰਜਾਬ ਦੇ ਖੇਤੀਬਾੜੀ ਦੇ ਮਾਹਰ ਇਸ ਕਾਬਲ ਨਹੀਂ ਹੈ ਕਿ ਤੁਸੀਂ ਇੱਕ ਬੋਸਟਨ ਨਾਂ ਦੀ ਕੰਪਨੀ ਨੂੰ ਜਿਹੜਾ ਹੈਗਾ ਪੰਜਾਬ ਦਾ ਜਿਹੜਾ ਖੇਤੀ ਦਾ ਸੰਕਟ ਜਿਹੜੇ ਲੋਕਾਂ ਦਾ ਪੈਦਾ ਕੀਤਾ ਹੋਇਆ ਅਖੀਰ 'ਤੇ ਤੁਸੀਂ ਹੱਲ ਉਹਨਾਂ ਵਾਲੇ ਪਾਸੇ ਤੁਰ ਰਹੇ ਹੈਗੇ ਹੋ। ਤੋ ਇਹਦੇ ਤੋਂ ਗੱਲ ਸਾਫ਼ ਆ ਕਿ ਬਿਨਾਂ ਕੋਈ ਵੱਡੀ ਲੋਕ ਲਹਿਰ ਖੜ੍ਹੇ ਕੀਤਿਆਂ ਪੰਜਾਬ 'ਚ ਇਹ ਖੇਤੀ ਮਾਡਲ ਦਾ ਮਾਮਲਾ, ਪੰਜਾਬ 'ਚ ਜਿਹੜਾ ਪਾਣੀ ਦਾ ਸੰਕਟ ਹੈਗਾ, ਇਹਨੂੰ ਜਿਹੜਾ ਹੱਲ ਨਹੀਂ ਕਰਵਾਇਆ ਜਾ ਸਕਦਾ। ਅਤੇ ਇਹਦੇ ਨਾਲ ਜੁੜਿਆ ਕਿ ਵੀ ਪੰਜਾਬ ਦਾ ਜਿਹੜੀ ਹੈਗੀ ਆ ਕਿ ਇੰਡੋ ਪਾਕ ਟ੍ਰੇਡ ਵਾਇਆ ਪੰਜਾਬ ਜਿਹੜਾ ਵਾਹਗਾ ਬਾਰਡਰ, ਸੈਨੀ ਵਾਲਾ ਬਾਰਡਰ ਖੁੱਲ੍ਹਣਾ ਚਾਹੀਦਾ। ਤੋ ਇਹਨਾਂ ਸਾਰੀਆਂ ਮੁੱਦਿਆਂ 'ਤੇ ਅਸੀਂ ਜਿਹੜੀ ਹੈਗੀ ਆ ਉਹਦੇ 'ਤੇ ਵੀ ਸਰਗਰਮੀ ਵਿੱਢੀ ਸੀ। ਪਿਛਲੇ ਸਾਲ ਅਸੀਂ ਵੱਡੀਆਂ ਕਾਨਫਰੰਸਾਂ ਅਟਾਰੀ ਅਤੇ ਆਪਣਾ ਹਸੈਨੀ ਵਾਲੇ ਕੀਤੀਆਂ, ਔਰ ਇੱਥੇ ਇੱਕ ਸੈਮੀਨਾਰ ਵੀ ਜਿਹੜਾ ਸੀ ਆਯੋਜਿਤ ਕੀਤਾ ਇੰਡੋ ਪਾਕ ਟ੍ਰੇਡ ਨਾਲ ਜੁੜੇ ਹੋਏ ਜਿਹੜੇ ਮਾਹਰ ਲੋਕ, ਜਿਹਦੇ 'ਚ ਡਾਕਟਰ ਰਣਜੀਤ ਸਿੰਘ ਘੁੰਮਣ ਜਿਹਨਾਂ ਦੀ PhD ਇੰਡੋ ਪਾਕ ਟ੍ਰੇਡ 'ਤੇ ਹੈ, ਸਤਨਾਮ ਸਿੰਘ ਮਾਨਕ ਜੀ ਅਤੇ ਹੋਰ ਮਾਹਰ ਲੋਕਾਂ ਨੂੰ ਬੁਲਾਇਆ। ਤੋ ਕਿਰਤੀ ਕਿਸਾਨ ਯੂਨੀਅਨ ਇਹਨਾਂ ਮੁੱਦਿਆਂ 'ਤੇ ਸੰਘਰਸ਼ ਉਸਾਰਨ ਦੇ ਨਾਲ ਨਾਲ ਕਿ ਜੋ ਵੀ ਕੋਈ ਨਵੀਂ ਜਾਣਕਾਰੀ ਆ ਰਹੀ ਆ ਕਿਸੇ ਵੀ ਖੇਤਰ ਦੇ ਵਿੱਚੋਂ ਜਿਹੜੀ ਕਿ ਪੰਜਾਬ ਦੀ ਕਿਸਾਨੀ ਨਾਲ, ਪੰਜਾਬ ਦੀ ਬਿਹਤਰੀ ਨਾਲ ਜੁੜੀ ਹੋਈ ਹੈਗੀ ਆ, ਤੋ ਇਸ ਤਰ੍ਹਾਂ ਦੇ ਸੈਮੀਨਾਰ ਆਯੋਜਿਤ ਕਰਦੀ ਰਹਿੰਦੀ ਹੈ। ਉਸੇ ਤਹਿਤ ਹੀ ਅੱਜ ਅਸੀਂ ਸਰਦਾਰ ਕਾਹਨ ਸਿੰਘ ਪੰਨੂ ਹੋਰਾਂ ਨੂੰ ਅਤੇ ਵਿਜੇ ਬੰਬੇਲੀ ਜੀ ਹੋਰਾਂ ਨੂੰ ਇਸ ਇੱਥੇ ਬੁਲਾਇਆ ਕਿ ਉਹ ਆਪਣੀ ਜਿਹੜੀ ਜਾਣਕਾਰੀ ਹੈਗੀ, ਆਪਣਾ ਗਿਆਨ ਸਾਡੇ ਨਾਲ ਸਾਂਝਾ ਕਰਨ। ਬਹੁਤ ਸਾਰੀਆਂ ਗੱਲਾਂ 'ਤੇ ਸਹਿਮਤੀ ਵੀ ਹੋ ਸਕਦੀ ਆ, ਸਹਿਮਤੀ ਵੀ ਹੋ ਸਕਦੀ ਆ, ਸਵਾਲ ਜਿਵੇਂ ਪਹਿਲਾਂ ਰਮਿੰਦਰ ਜੀ ਨੇ ਕਿਹਾ ਤੁਸੀਂ ਸਵਾਲ ਕਰ ਸਕਦੇ ਹੋ, ਸਵਾਲ ਵਿਸ਼ੇ ਨਾਲ ਸੰਬੰਧਿਤ ਹੋਣ ਅਤੇ ਸਿਰਫ ਜਿਹੜੇ ਹੈਗੇ ਆ ਸਵਾਲ ਹੋਣ, ਸਵਾਲ ਵੀ ਤਾਂ ਹੋਣਗੇ ਜੇ ਤੁਸੀਂ ਸਾਰੇ, ਕਿਉਂਕਿ ਸਾਰੀ ਜ਼ਿੰਮੇਵਾਰ ਪੰਜਾਬ ਦੀ ਸਾਰੀ ਲੀਡਰਸ਼ਿਪ ਬੈਠੇ ਹੋ, ਧਿਆਨ ਨਾਲ ਗੱਲ ਜਿਹੜੀ ਹੈਗੀ ਆ ਉਹ ਸੁਣੋਗੇ। ਇਸ ਆਸ ਦੇ ਨਾਲ ਕਿ ਅੱਜ ਦਾ ਜਿਹੜਾ ਸੈਮੀਨਾਰ ਆ ਪੰਜਾਬ ਦੇ ਵਿੱਚ, ਪੰਜਾਬ ਦੇ ਪਾਣੀਆਂ ਦੇ ਵਾਸਤੇ
ਜਿਹੜਾ ਪਾਣੀ ਦਾ ਸੰਕਟ ਬਣਿਆ ਹੋਇਆ ਉਹਨੂੰ ਹੱਲ ਕਰਾਉਣ ਦੇ ਲਈ ਜੋ ਆਪਾਂ ਲਹਿਰ ਉਸਾਰਨਾ ਚਾਹੁੰਦੇ ਹਾਂ, ਉਹਦੇ ਵਿੱਚ ਜਿਹੜੀ ਅੱਜ ਇੱਥੋਂ ਤੁਸੀਂ ਜਾਣਕਾਰੀ ਲੈ ਕੇ ਜਾਓਗੇ ਉਹ ਅਹਿਮ ਭੂਮਿਕਾ ਜਿਹੜੀ ਹੈਗੀ ਆ ਅਦਾ ਕਰੂਗੀ। ਇਹਨੇ ਸ਼ਬਦਾਂ ਦਾ ਮੈਂ ਆਪਣੀ ਜਗ੍ਹਾ ਲੈਣਾ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।